ਬਈ ਕਬਰ ਗਿੱਠੀ ਇਰਾਦਾ ਬਣਿਆ ਅਦਾ ਸੁਣਿਆ ਜੋਏ ਆਸ਼ਿਕ ਜ਼ਿੰਦਾ ਹੁੰਦੇ ਸੱਸੀ ਹੋਈ ਤਾਂ ਜਵਾਬ ਜ਼ਰੂਰ ਦੇਸੀ ਕਬਰ ਦੇ ਨਜ਼ਦੀਕ ਹੈ ਆਵੇ ਦਾਦਾ ਸੱਸੀ ਇਹਨਾਂ ਥਲ ਦੇ ਟਿੱਬਿਆਂ ਦੇ ਵਿੱਚ ਰੁਲ ਕੇ ਕਿਉਂ ਮੋਈ ਹੈ ਤਾਂ ਸੱਸੀ ਆਦੀ ਵੀ ਆਵੇ ਦੇ ਨਾਲ ਥਲ ਦੇ ਟਿੱਬਿਆਂ ਦੇ ਵਿੱਚ ਰੁਲ ਕੇ ਮਰਨ ਦਾ ਮੇਰਾ ਇੱਕ ਮਕਸਦ ਆ ਐਵੇਂ ਨਹੀਂ ਮੋਈ ਆਵੇ ਦਾਦਾ ਕੀ ਮਕਸਦ ਆ ਤਾਂ ਸੱਸੀ ਆਦੀ ਹੈ ਲੈ ਤਹੀ ਮਾਇਆ ਆਪਿਤ ਕੇ ਚਿਤ ਜਾਂਦੇ ਪੈਰਾਂ ਨਾਲ ਕਬਰ ਮਿੱਟੀ ਸੀ ਨਤ ਪੈਰ ਚੁਮੇ ਸਾ ਸੁਤਰਾ ਤੇਰੂ ਰੁਲਸੀ ਬੁਲਸੀ ਜੰਗਲਾਂ ਵਿੱਚ ਨਾ ਖਾਨ ਦੇ ਸ਼ਹਿਰ ਆਪਣੀ ਸੀ ਵੇ ਸੇ ਰੁਲਣ ਦਾ ਅਜਰ ਖੁਦਾ ਤੂੰ ਮੰਗਸਾਂ ਵੇ ਮੇਰਾ ਖਾਨ ਮੇਰਾ ਖਾਨ ਪੁਨਰ ਬਖਸ਼ੀ ਕਿਵੇਂ ਥਲ ਵਿੱਚ ਆਈ ਅਸੀਂ ਸੱਸੀ ਕੇ ਚਾਲੇ ਪਾਸੇ ਮੂੰਹ ਕਰਕੇ ਆਪਣੇ ਖਾਨ ਨੂੰ ਜਿਹੜਾ ਸਾਧ ਮਾਰਿਆ ਕੇ ਚਾਲੇ ਪਾਸੇ ਮੂੰਹ ਕਰਕੇ ਉੱਚੇ ਜਿਹੇ ਟਿੱਬੇ ਤੇ ਖੜੀ ਹੈ ਲੰਮੀਆਂ ਵਾਈ ਕਰਕੇ ਆਪਣੇ ਖਾਨ ਨੂੰ ਜਿਹੜਾ ਸਾਧ ਮਾਰਿਆ ਵੇ ਚੰਗਾ ਸਫ਼ਰ ਕੋਈ ਨਾ ਜਾਂਦੀ ਜਾਂਦੀ ਤੂੰ ਇਹ ਖਿਆਲ ਆ ਗਿਆ ਤਾਂ ਰੁਕ ਪਈਆਂ ਤਾਂ ਆਪੇ ਲਗਾ ਕੀ ਖਿਆਲ ਆਇਆ ਤਾਂ ਸੱਸੀਆ ਦੀ ਤੇ ਭਾਵੇਂ ਲਾਵੇ
ਮੇਰੀ